ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਸਲੋਨੀ ਸਰੀਨ ਹਾਰਦਿਕ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਗੱਲਾਂ ਵਿੱਚ ਗੁਲਾਬੋ ਦੇ ਵਿੱਚ ਅਤੇ ਤੁਸੀਂ ਪੁੱਛ ਰਹੇ ਹੋਣੇ ਵੀ ਅੱਜ ਦਾ ਟੋਪਿਕ ਕਿਹੜਾ ਹੈ ਉਹ ਮੈਂ ਜਲਦੀ ਜਲਦੀ ਤੁਹਾਨੂੰ ਦੱਸ ਦੇਣੀ ਹੈ ਜੀ ਟੋਪਿਕ ਤੁਹਾਡਾ ਹੈਗਾ ਆ ਜੀ ਫਿਲਮਾਂ ਜਿਹੜੀਆਂ ਪਿਕਚਰਾਂ ਜਿਹੜੀਆਂ ਫਿਲਮਾਂ ਤੁਸੀਂ ਵੇਖਦੇ ਹੋ ਉਹ ਕਿਵੇਂ ਦੀਆਂ ਤੁਹਾਨੂੰ ਪਸੰਦ ਨੇ ਜੀ ਤੁਹਾਡੀਆਂ ਫੇਵਰੇਟ ਫਿਲਮਾਂ ਬਾਰੇ ਜਾਣਕਾਰੀ ਲੈਣੀ ਹੈ ਜੀ ਕਾਲ ਕਰਨੀ ਹੈ ਜੀ 3 4 7 2 5 2 1 2 3 2 'ਤੇ ਅਤੇ ਦੱਸਣਾ ਆ ਵੀ ਤੁਹਾਨੂੰ ਨਵੀਆਂ ਮੂਵੀਜ਼ ਪਸੰਦ ਨੇ ਪੁਰਾਣੀ ਮੂਵੀਜ਼ ਪਸੰਦ ਨੇ ਹਿੰਦੀ ਮੂਵੀਜ਼ ਪਸੰਦ ਨੇ ਕਿ ਪੰਜਾਬੀ ਮੂਵੀਜ਼ ਪਸੰਦ ਨੇ ਜੇ ਪੰਜਾਬੀ ਪਸੰਦ ਨੇ ਤਾਂ ਪੰਜਾਬੀ ਵਿੱਚ ਕਿਹੜੀਆਂ ਮੂਵੀਜ਼ ਪਸੰਦ ਨੇ ਪੰਜਾਬੀ ਵਿੱਚ ਐਕਸ਼ਨ ਮੂਵੀ ਹੋ ਗਈਆਂ ਜਾਂ ਤੁਹਾਨੂੰ ਡਰਾਵਨੀਆਂ ਮੂਵੀਆਂ ਪਸੰਦ ਨੇ ਜਾਂ ਤੁਹਾਨੂੰ ਹਾਸੇ ਵਾਲੀਆਂ ਵੈਸੇ ਅੱਜ ਕੱਲ੍ਹ ਕੌਮੇਡੀ ਦਾ ਜ਼ਿਆਦਾ ਦੌਰ ਚੱਲ ਰਿਹਾ ਆ ਅਤੇ ਸਾਰਿਆਂ ਨੂੰ ਨਾ ਜ਼ਿਆਦਾ ਹਾਸੇ ਵਾਲੀ ਮੂਵੀਜ਼ ਪਸੰਦ ਨੇ ਕਿਉਂਕਿ ਦੇਖੋ ਅੱਜ ਕੱਲ੍ਹ ਸਾਰੇ ਸਟ੍ਰੈਸ ਵਿੱਚ ਨੇ ਆਪਣੇ ਕੰਮ ਤੋਂ ਥੱਕ ਕੇ ਆਉਂਦੇ ਨੇ ਜਨਾਨੀਆਂ ਵੀ ਕਿਚਨ ਵਿੱਚ ਸਾਰਾ ਦਿਨ ਕੰਮ ਕਰ ਕਰਕੇ ਥੱਕ ਜਾਂਦੀਆਂ ਬੱਚੇ ਵੀ ਸਾਰਾ ਦਿਨ ਬਾਹਰ ਕੰਮ ਕਰ ਕਰਕੇ ਥੱਕ ਜਾਂਦੇ ਨੇ ਸਕੂਲਾਂ 'ਚ ਜਾਂਦੇ ਨੇ ਖੇਡਣ ਜਾਂਦੇ ਨੇ ਸਪੋਰਟਸ ਵਿੱਚ ਫਿਰ ਕਈ ਕੁਛ ਕਰੀ ਜਾਂਦੇ ਨੇ ਫਿਰ ਆ ਕੇ ਉਹਨਾਂ ਨੂੰ ਹੁੰਦਾ ਰਿਲੈਕਸ ਹੋ ਜਾਈਏ ਅਤੇ ਟੀਵੀ ਲਾ ਕੇ ਨਾ ਆਪਣੀ ਫੇਵਰੇਟ ਫਿਲਮ ਲਾ ਲਈਏ ਪਰ ਉਹ ਫੇਵਰੇਟ ਫਿਲਮ ਹੈਗੀ ਕਿਹੜੀ ਉਹ ਤਾਂ ਦੱਸਣਾ ਹੀ ਪੈਣਾ ਨਾ ਗੁਲਾਬੋ ਨੂੰ ਹੁਣ ਮੈਨੂੰ ਵੇਖ ਲਓ ਮੈਨੂੰ ਤੁਹਾਨੂੰ ਇਹ ਪਰਸਨਲੀ ਦੱਸਾਂ ਮੈਨੂੰ ਨਾ ਕਾਮੇਡੀਆਂ ਮੂਵੀਜ਼ ਜਿਹੜੀ ਹੁੰਦੀਆਂ ਨਾ ਉਹ ਬਹੁਤ ਪਸੰਦ ਨੇ ਜਿਹੜੀ ਕੌਮਿਕ ਮੂਵੀਜ਼ ਆ ਉਹਨਾਂ ਵਿੱਚ ਨਾ ਵੇਖ ਕੇ ਨਾ ਹਾਸਾ ਜੇ ਆਉਂਦਾ ਹੈ ਤਾਂ ਥੋੜ੍ਹਾ ਬੰਦਾ ਰਿਲੈਕਸ ਹੋ ਜਾਂਦਾ ਹੈ ਥੋੜ੍ਹੀ ਦੇਰ ਲਈ ਜਿੰਨੀ ਦੇਰ ਲਈ ਮੂਵੀ ਦੇਖਦਾ ਅਤੇ ਕਈ ਵਾਰ ਕੀ ਹੁੰਦਾ ਆਪਾਂ ਜਿਹੜੀ ਮੂਵੀ ਦੇਖੀ ਹੁੰਦੀ ਨਾ ਕਿੰਨੀ ਦੇਰ ਤੱਕ ਸਾਡੇ ਦਿਮਾਗ 'ਚ ਚੱਲਦੀ ਹੋਈ ਰਹਿੰਦੀ ਹੈ ਜਾਂ ਉਹਦੇ ਡਾਇਲੋਗ ਯਾਦ ਹੋ ਜਾਂਦੇ ਜਿੱਦਾਂ ਮੈਨੂੰ ਤਾਂ ਬਹੁਤ ਆਦਤ ਹੈ ਕੋਈ ਮੈਂ ਮੂਵੀ ਦੇਖੂੰਗੀ ਨਾ ਉਹਦੇ ਮੈਨੂੰ ਡਾਇਲੋਗ ਯਾਦ ਹੋ ਜਾਣੇ ਆ ਫਿਰ ਮੈਂ ਕਦੀ ਵੀ ਕਿਸੇ ਨਾਲ ਗੱਲ ਕਰੂੰਗੀ ਨਾ ਡਾਇਲੋਗਸ ਵਿੱਚ ਹੀ ਗੱਲ ਕਰਦੀ ਹਾਂ ਕਿਉਂਕਿ ਉਹ ਮੂਵੀ ਜਿਹੜੀ ਉਹ ਫੇਵਰੇਟ ਬਣ ਜਾਂਦੀ ਉਹਦੇ ਡਾਇਲੋਗਸ ਫੇਵਰੇਟ ਬਣ ਜਾਂਦੇ ਆ ਕਈ ਵਾਰ ਕੀ ਹੁੰਦਾ ਸਾਨੂੰ ਕਿਸੇ ਮੂਵੀ ਦੇ ਗਾਣੇ ਬਹੁਤ ਪਸੰਦ ਆ ਜਾਂਦੇ ਨੇ ਮੂਵੀ ਤਾਂ ਚਲੋ ਠੀਕ ਠਾਕ ਹੁੰਦੀ ਹੈ ਗਾਣੇ ਪਸੰਦ ਆ ਜਾਂਦੇ ਨੇ ਕਈ ਵਾਰ ਉਹਦੀ ਸਟੋਰੀ ਪਸੰਦ ਆ ਜਾਂਦੀ ਹੈ ਕਈ ਵਾਰ ਤਾਂ ਸਾਡਾ ਹੀਰੋ ਹੀਰੋਇਨ ਫੇਵਰੇਟ ਹੁੰਦਾ ਆ ਤਾਂ ਕਰਕੇ ਆਪਾਂ ਉਹ ਮੂਵੀ ਵੀ ਸਾਡੀ ਫੇਵਰੇਟ ਹੀ ਹੋ ਜਾਂਦੀ ਹੈ ਪਰ ਐਸੀ ਗੱਲ ਨਹੀਂ ਹੈ ਵੈਸੇ ਅੱਜ ਕੱਲ੍ਹ ਨਾ ਕਾਫੀ ਵਰਾਇਟੀ ਹੈਗੀ ਆ ਮੂਵੀਜ਼ ਦੇ ਵਿੱਚ ਸਾਰੀ ਤਰ੍ਹਾਂ ਦੀ ਵਰਾਇਟੀ ਆ ਰਹੀ ਹੈ ਵੱਡਿਆਂ ਵਾਸਤੇ ਵੱਖਰੀ ਛੋਟਿਆਂ ਵਾਸਤੇ ਵੱਖਰੀ ਅਤੇ ਬੱਚਿਆਂ ਨੂੰ ਪੁੱਛਦੇ ਆ ਵੀ ਉਹਨਾਂ ਨੂੰ ਕਿਵੇਂ ਦੀ ਮੂਵੀਜ਼ ਪਸੰਦ ਨੇ ਅਤੇ ਵੱਡਿਆਂ ਨੂੰ ਪੁੱਛਦੇ ਉਹਨਾਂ ਨੂੰ ਕਿਵੇਂ ਦੀ ਮੂਵੀਜ਼ ਪਸੰਦ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਲਾਬੋ ਜੀ ਕੀ ਹਾਲ ਹੈ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਠੀਕ ਠੀਕ ਤੁਸੀਂ ਸੁਣਾਓ ਵਧੀਆ ਜੀ ਵਧੀਆ ਕਿੱਥੋਂ ਬੋਲ ਰਹੇ ਹੋ ਅਸੀਂ ਨਿਊਯਾਰਕ ਤੋਂ ਨਿਊਯਾਰਕ ਤੋਂ ਬੋਲਦੇ ਪਏ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਅਨੂ ਅਨੂ ਨਾਮ ਹੈ ਤੁਹਾਡਾ ਤੇ ਮੈਨੂੰ ਦੱਸੋ ਅਨੂ ਜੀ ਤੁਹਾਨੂੰ ਮੂਵੀਜ਼ ਪਸੰਦ ਨੇ ਫਿਲਮਾਂ ਵੇਖਦੇ ਹੋ ਠੀਕ ਹੈ ਠੀਕ ਹੈ ਤੁਸੀਂ ਮੂਵੀਜ਼ ਵੇਖਦੇ ਹੋ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੱਦਾਂ ਦੀ ਮੂਵੀਜ਼ ਪਸੰਦ ਨੇ ਪੰਜਾਬੀ 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 ਤੁਹਾਨੂੰ ਕਾਮੇਡੀ ਮੂਵੀਜ਼ ਪਸੰਦ ਹੋਣੀਆਂ ਹਾਂਜੀ ਹਨਾ ਬੱਚਿਆਂ ਨੂੰ ਕਾਮੇਡੀ ਮੂਵੀਜ਼ ਪਸੰਦ ਹੁੰਦੀਆਂ ਤੇ ਤੁਸੀਂ ਆਪਣੇ ਫਰੈਂਡਸ ਨਾਲ ਵੇਖਣ ਜਾਂਦੇ ਹੋ ਕਿ ਮੰਮੀ ਪਾਪਾ ਨਾਲ ਮੰਮੀ ਪਾਪਾ ਨਾਲ ਮੰਮੀ ਪਾਪਾ ਨਾਲ ਜਾਂਦੇ ਹੋ ਫਿਰ ਉੱਥੇ ਜਾ ਕੇ ਪੌਪਕੌਰਨ ਵੀ ਖਾਂਦੇ ਹੋ ਹਾਂਜੀ ਅੱਛਾ ਮੂਵੀ ਦਾ ਡਾਇਲੋਗ ਯਾਦ ਹੈ ਕਿਸੇ ਮੂਵੀ ਦਾ ਕਿਸੇ ਮੂਵੀ ਦਾ ਨਹੀਂ ਕਿਸੇ ਮੂਵੀ ਦਾ ਡਾਇਲੋਗ ਯਾਦ ਨਹੀਂ ਹੈ ਅੱਛਾ ਕੋਈ ਮੂਵੀ ਤੁਹਾਡੀ ਮਨ ਪਸੰਦੀਦਾ ਹੋਏ ਉਹਦਾ ਨਾਂ ਦੱਸ ਦਿਓ ਡੈਡੀ ਕੂਲ ਤੇ ਮੁੰਡੇ ਫੂਲ ਅੱਛਾ ਡੈਡੀ ਕੂਲ ਤੇ ਮੁੰਡੇ ਫੂਲ ਓਹੋ ਉਹਦੇ ਵਿੱਚ ਨਾ ਬੱਚੇ ਆਪਣੇ ਪੇਰੈਂਟਸ ਨੂੰ ਫੂਲ ਬਣਾਉਂਦੇ ਤੁਹਾਨੂੰ ਤਾਂ ਹੀ ਪਸੰਦ ਆ ਉਹ ਹਾਂਜੀ ਹਨਾ ਤੁਸੀਂ ਵੀ ਆਪਣੇ ਮੰਮੀ ਪਾਪਾ ਨੂੰ ਫੂਲ ਬਣਾਉਂਦੇ ਹੋ ਨਹੀਂ ਬਣਾਉਂਦੇ ਨਾ ਵੈਰੀ ਗੁੱਡ ਫੂਲ ਨਹੀਂ ਬਣਾਉਣਾ ਹੈਗਾ ਕਿਉਂਕਿ ਮੰਮੀ ਪਾਪਾ ਕਿੰਨੇ ਕੂਲ ਹੁੰਦੇ ਆ ਹਾਂਜੀ ਤੇ ਤੁਹਾਨੂੰ ਉਹ ਮੂਵੀ ਦਾ ਕੋਈ ਡਾਇਲੋਗ ਨਹੀਂ ਯਾਦ ਕੋਈ ਗੱਲ ਨੀ ਜੀ ਮੂਵੀ ਦਾ ਡਾਇਲੋਗ ਭਾਵੇਂ ਨਹੀਂ ਯਾਦ ਪਰ ਮੂਵੀ ਤਾਂ ਤੁਹਾਡੀ ਫੇਵਰੇਟ ਆ ਨਾ ਹਾਂਜੀ ਹਨਾ ਇਦਾਂ ਹੀ ਤੁਸੀਂ ਹੱਸਦੇ ਰਹਿਣਾ ਆ ਤੇ ਹਸਾਉਂਦੇ ਰਹਿਣਾ ਆ ਤੇ ਕਾਮਿਕ ਮੂਵੀਜ਼ ਦੇਖਦੇ ਰਹਿਣਾ ਆ ਜਿਹੜੀ ਵੀ ਤੁਹਾਡੀ ਫੇਵਰੇਟ ਮੂਵੀ ਹੈਗੀ ਆ ਹਨਾ ਠੀਕ ਹੈ ਹੁਣ ਮੰਮੀ ਨਾਲ ਗੱਲ ਕਰਾਓ ਹੈਲੋ 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 ਹਾਂਜੀ ਅਨੂ ਜੀ ਤੁਹਾਡੀ ਬੱਚੀ ਨੇ ਦੱਸਿਆ ਵੀ ਉਹਨਾਂ ਨੂੰ ਜਿਹੜੀ ਕਾਮੇਡੀ ਮੂਵੀ ਉਹ ਪਸੰਦ ਆ ਜੀ ਜੀ ਹਨਾ ਤੇ ਤੁਹਾਨੂੰ ਕਿੱਦਾਂ ਦੀ ਮੂਵੀ ਉਹ ਤੇ ਨਾ ਕੱਲੀ ਬੈਠ ਕੇ ਹੱਸਦੀ ਰਹਿੰਦੀ ਹੈ ਦੇਖ ਕੇ ਬੱਚਿਆਂ ਦੀ ਆਪਣੀ ਫੇਵਰੇਟ ਚੁਆਇਸ ਹੋ ਜਾਂਦੀ ਹੈ ਨਾ ਫਿਰ ਉਹਦੇ ਕਰਕੇ ਨਾ ਉਹਨਾਂ ਨੂੰ ਇਨਵੋਲਵ ਹੋ ਜਾਂਦੇ ਉਹਦੇ 'ਚ ਹਨਾ ਥੈਂਕ ਯੂ ਸੋ ਮਚ ਤੁਸੀਂ ਆਪਣੀ ਬੇਟੀ ਨਾਲ ਗੱਲ ਕਰਾਈ ਬਹੁਤ ਬਹੁਤ ਸ਼ੁਕਰੀਆ ਜੀ ਅਗਲੇ ਕਾਲਰ ਨਾਲ ਵੀ ਆਪਾਂ ਗੱਲ ਕਰ ਲੈਣੀ ਹੈ ਜੀ ਥੈਂਕ ਯੂ ਅਗਲੇ ਕਾਲਰ ਨੂੰ ਵੀ ਆਪਾਂ ਪੁੱਛਾਂਗੇ ਪਰ ਪਹਿਲਾਂ ਮੈਂ ਦੱਸਦਾ ਮੈਂ ਤੁਹਾਨੂੰ ਦੱਸ ਰਹੀ ਸੀਗੀ ਪਰਸਨਲੀ ਮੈਨੂੰ ਕਾਮੇਡੀ ਮੂਵੀਜ਼ ਪਸੰਦ ਨੇ ਕਿਉਂਕਿ ਮੈਂ ਆਪ ਇੰਨੇ ਹਾਸੇ ਪਾਉਂਦੀ ਰਹਿੰਦੀ ਹਾਂ ਇੱਕ ਤਾਂ ਗੱਲ ਇਹ ਹੁੰਦੀ ਹੈ ਕਹਿੰਦੇ ਲੋਕ ਕਹਿੰਦੇ ਨੇ ਵੀ ਜਿਹੜੀਆਂ ਮੂਵੀਜ਼ ਨੇ
ਉਹ ਰਿਐਲਿਟੀ ਤੋਂ ਬਣੀਆਂ ਹੋਈਆਂ ਅਤੇ ਕਈ ਕਹਿੰਦੇ ਨੇ ਜਿਹੜੀ ਰਿਐਲਿਟੀਜ਼ ਨੇ ਉਹ ਮੂਵੀਜ਼ ਤੋਂ ਲਿੱਤੀਆਂ ਗਈਆਂ, ਪਰ ਐਸੀ ਗੱਲ ਨਹੀਂ ਹੈਗੀ। ਐਕਚੁਅਲੀ ਕੀ ਹੁੰਦਾ, ਕਈ ਵਾਰ ਕਿਸੇ ਦੀ ਸਾਨੂੰ ਜੀਵਨ ਕਥਾ ਇੰਨੀ ਪਸੰਦ ਆ ਜਾਂਦੀ ਹੈ ਜਾਂ ਕਿਸੇ ਦੀ ਸਟੋਰੀ ਇੰਨੀ ਪਸੰਦ ਆ ਜਾਂਦੀ ਕਿ ਡਾਇਰੈਕਟਰਸ ਉਹਨੂੰ ਲੈ ਕੇ ਕੋਈ ਮੂਵੀ ਬਣਾ ਦਿੰਦੇ ਨੇ, ਅਤੇ ਕਈ ਵਾਰ ਕੀ ਹੁੰਦਾ ਆਪਾਂ ਜੋ ਮੂਵੀਜ਼ ਵਿੱਚ ਦੇਖਦੇ ਹਾਂ ਆਪਣੀ ਰੀਅਲ ਲਾਈਫ ਵਿੱਚ ਕਰਨਾ ਸ਼ੁਰੂ ਹੋ ਜਾਂਦੇ ਹਾਂ। ਜਿੱਦਾਂ ਟੀਚਰਸ ਨੇ ਵੇਖਿਆ ਜਾਂ ਬੱਚਿਆਂ ਨੇ ਵੇਖਿਆ ਜਾਂ ਪੇਰੈਂਟਸ ਨੇ ਵੇਖਿਆ ਵੀ ਉਹਦੇ 'ਚ ਕੀ ਹੋ ਰਿਹਾ, ਅਤੇ ਉਹ ਕਿਤੇ ਨਾ ਕਿਤੇ ਉਹ ਚੀਜ਼ ਸਿੱਖਣ ਨੂੰ ਮਿਲ ਜਾਂਦੀ ਹੈ। ਪਰ ਆਪਾਂ ਹਮੇਸ਼ਾ ਮੂਵੀਜ਼ ਵਿੱਚੋਂ ਅੱਛੀਆਂ ਚੀਜ਼ਾਂ ਸਿੱਖਣੀਆਂ ਜਾਂ ਮਾੜੀਆਂ ਚੀਜ਼ਾਂ ਨਹੀਂ ਸਿੱਖਣੀਆਂ, ਕਿਉਂਕਿ ਦੇਖੋ ਜੀ ਮੂਵੀਜ਼ ਵਿੱਚ ਸਾਡੇ ਕੋਲ ਵਧੀਆ ਘਟੀਆ ਜਿਹੜੀ ਵੀ ਚੀਜ਼ ਆ ਉਹ ਸਭ ਵਰਾਇਟੀ ਹੈਗੀ ਆ। ਪਰ ਆਪਾਂ ਇਹ ਨਹੀਂ ਕਹਿੰਦੇ ਕੋਈ ਮੂਵੀ ਮਾੜੀ ਹੁੰਦੀ ਆ, ਪਰ ਇਹ ਹੈ ਕਿ ਆਪਣੇ ਆਪਣੇ ਮਤਲਬ ਦੀ ਚੀਜ਼ ਚੱਕਣੀ ਆ, ਆਪਾਂ ਸਿਰਫ ਵਧੀਆ ਚੀਜ਼ਾਂ ਚੱਕਣੀਆਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਆਪਾਂ ਮਨੀਸ਼ਾ ਬੋਲਦੇ। ਮਨੀਸ਼ਾ ਬੋਲਦੇ? ਮਨੀਸ਼ਾ ਜੀ ਕਿੱਥੋਂ ਬੋਲਦੇ? ਆਪਾਂ ਟੋਰਾਂਟੋ ਤੋਂ ਬੋਲਦੇ। ਟੋਰਾਂਟੋ ਤੋਂ ਬੋਲਦੇ, ਤੇ ਤੁਸੀਂ ਮੂਵੀਜ਼ ਵੇਖਦੇ ਹੋ? ਟਾਈਮ ਮਿਲਦਾ? ਇੱਥੇ ਤਾਂ ਇੱਦਾਂ ਹੈ ਕਿ ਇੱਥੇ ਤਾਂ ਮਾਸਾ ਵੀ ਟਾਈਮ ਨਹੀਂ ਮਿਲਦਾ, ਬੜੀ ਮੁਸ਼ਕਿਲ ਆਪਣੀ ਪੜ੍ਹਾਈ ਨਾਲੇ ਥੋੜਾ ਕੰਮ ਵੀ ਕਰੀਦਾ, ਕਿਉਂਕਿ ਇੱਥੇ ਤੇ ਪੜ੍ਹਾਈ ਨਾਲ ਨਾਲ ਨਾ ਕੰਮ ਕਰੋ ਤੇ ਕਰੋ ਕਿੰਨੇ ਕੁ ਪੈਸੇ ਮੰਗਾਣੇ, ਔਖਾ ਹੁੰਦਾ ਬਹੁਤ। ਅੱਛਾ ਅੱਛਾ, ਮਤਲਬ ਮੂਵੀਜ਼ ਦਾ ਟਾਈਮ ਹੀ ਨਹੀਂ ਮਿਲਦਾ। ਪੰਜਾਬ 'ਚ ਜਦੋਂ ਸੀਗੇ ਉਦੋਂ ਮੂਵੀਜ਼ ਵੇਖਦੇ ਹੋਣੇ ਹੋ? ਉੱਥੇ ਦੇ ਦੋਸਤਾਂ ਨਾਲ ਏਦਾਂ ਹੁੰਦਾ ਸੀ ਤਾਂ ਕਿ ਸ਼ੁੱਕਰਵਾਰ ਨੂੰ ਲੱਗਦੀ ਸੀ ਮੂਵੀ, ਹੈ ਨਾ, ਤੇ ਹਰ ਸ਼ੁੱਕਰਵਾਰ ਨੂੰ ਸਾਡੀ ਪਹਿਲੀ ਤੇ ਪਹਿਲਾ ਸ਼ੋਅ ਪਹਿਲੀ ਟਿਕਟ ਬੁੱਕ ਹੁੰਦੀ ਸੀ ਉੱਥੇ ਦੋਸਤਾਂ ਨਾਲ। ਅੱਛਾ, ਪਹਿਲਾ ਸ਼ੋਅ, ਫਰਸਟ ਡੇ ਫਰਸਟ ਸ਼ੋਅ ਵੇਖਣ ਜਾਂਦੇ ਸੀਗੇ। ਅੱਛਾ, ਆਪਣੀ ਫੇਵਰਿਟ ਮੂਵੀ ਬਾਰੇ ਦੱਸੋ। ਮੇਰੀ ਫੇਵਰਿਟ ਮੂਵੀ ਹੈ ਜੀ ਵਿਵਾਹ। ਵਿਵਾਹ ਮੂਵੀ ਫੇਵਰਿਟ ਆ? ਆ ਕੁੜੀਆਂ ਦੀ ਬਹੁਤ ਫੇਵਰਿਟ ਹੈ ਮੂਵੀ, ਹੈ ਨਾ। ਇਹ ਕੁੜੀਆਂ ਦੀ ਬਹੁਤ ਫੇਵਰੇਟ ਹੈ, ਸ਼ਾਹਿਦ ਕਪੂਰ ਆ ਨਾ, ਸਾਨੂੰ ਬਹੁਤ ਪਸੰਦ ਹੈ, ਮੇਰੀ ਸਾਰੀ ਸਹੇਲੀਆਂ ਨੂੰ ਸ਼ਾਹਿਦ ਕਪੂਰ ਬਹੁਤ ਪਸੰਦ ਹੈ। ਜਿਸ ਦਿਨ ਉਹਦਾ ਵਿਆਹ ਹੋਇਆ ਆਪਾਂ ਤੇ ਬਹੁਤ ਹੀ ਬਹੁਤ ਸਾਨੂੰ ਬੁਰਾ ਲੱਗਿਆ। ਉਹਦਾ ਵਿਆਹ ਹੋਇਆ ਤੁਹਾਨੂੰ ਬੁਰਾ ਲੱਗਾ, ਹੁਣ ਅਗਲਾ ਵਿਆਹ ਵੀ ਨਾ ਕਰਾਏ। ਅਗਲਾ ਵਿਆਹ ਤਾਂ ਕਰਾਏ, ਪਰ ਇੱਕ ਵਾਰ ਸਾਡੇ ਵੱਲ ਵੀ ਤੇ ਨਜ਼ਰ ਮਾਰੇ ਨਾ। ਹਾਂ, ਤੁਸੀਂ ਪੜ੍ਹਾਈ ਵੱਲ ਧਿਆਨ ਦਿਓ। ਅੱਛਾ, ਮੈਨੂੰ ਇਹ ਦੱਸੋ ਵੀ ਵਿਆਹ ਮੂਵੀ ਤੁਹਾਨੂੰ ਪਸੰਦ ਆ ਵਿਵਾਹ, ਹੈ ਨਾ, ਤੇ ਸ਼ਾਹਿਦ ਕਪੂਰ ਦਾ ਵਿਆਹ ਹੋਵੇ ਤੁਹਾਨੂੰ ਮਾੜਾ ਲੱਗਾ, ਤੇ ਸ਼ਾਹਿਦ ਕਪੂਰ ਦੀ ਸਾਰੀ ਮੂਵੀਜ਼ ਪਸੰਦ ਨੇ? ਕਿਉਂਕਿ ਕਈ ਵਾਰ ਹੁੰਦਾ ਨਾ ਵੀ ਆਪਾਂ ਸਾਡਾ ਹੀਰੋ ਫੇਵਰੇਟ ਹੁੰਦਾ, ਉਹਦੀਆਂ ਹਰ ਮੂਵੀ ਦੇਖਦੇ ਹਾਂ, ਕਿ ਤੁਹਾਨੂੰ ਵੱਖਰੀ ਵੱਖਰੀ ਤਰ੍ਹਾਂ ਦੀ ਮੂਵੀਜ਼ ਪਸੰਦ ਨੇ? ਨਹੀਂ, ਮੈਨੂੰ ਤਾਂ ਜੀ ਵੱਖਰੀ ਵੱਖਰੀ ਮੂਵੀ ਪਸੰਦ ਹੈ, ਪਰ ਹੁਣ ਤਾਂ ਮੇਰਾ ਇੱਕ ਹੀ ਸ਼ੋਅ ਫੇਵਰੇਟ ਹੈ ਜੀ, ਜਿੱਥੇ ਤੁਹਾਡਾ, ਮੈਂ ਚਾਹੁੰਦੀ ਹਾਂ ਕਿ ਤੁਸੀਂ ਹੁਣ ਜਿੱਦਾਂ ਸ਼ੋਅ ਕਰੇ ਜਾਂ ਕੋਈ ਮੂਵੀ ਵੀ ਬਣਾਓ, ਆਪਾਂ ਤੁਹਾਨੂੰ ਬਹੁਤ ਦਿਲੋਂ ਦੇਖਣਾ ਚਾਹੁੰਦੇ ਹਾਂ ਕਿਸੇ ਮੂਵੀ 'ਚ ਵੀ। ਥੈਂਕ ਯੂ ਸੋ ਮਚ ਜੀ, ਤੁਸੀਂ ਮੇਰੇ ਲਈ ਇੰਨੀ ਬਲੈਸਿੰਗਸ, ਇਹਨੂੰ ਮੈਨੂੰ ਇੰਨੀ ਮੈਨੂੰ ਬਲੈਸਿੰਗਸ ਦਿੰਦੇ ਹੋ, ਇੰਨਾ ਮੇਰੇ ਲਈ ਸੋਚਦੇ ਹੋ ਵੀ ਹੁਣ ਮੈਂ ਮੂਵੀਜ਼ ਵੱਲ ਤੁਰ ਪੈਂਦੀ ਹਾਂ, ਪਰ ਮੈਂ ਆਹ ਸ਼ੋਅ ਨਹੀਂ ਛੱਡਣਾ, ਗੱਲਾਂ ਵਿਦ ਗੁਲਾਬੋ ਮੈਂ ਕਰਦੇ ਰਹਿਣਾ, ਨਾਲ ਨਾਲ ਮੂਵੀਜ਼ ਵੀ ਕਰ ਲੂੰਗੀ ਟਾਈਮ ਮਿਲਿਆ ਤਾਂ, ਹੈ ਨਾ। ਇਹੀ ਤਾਂ ਸ਼ੋਅ ਕਾਰਨ ਤੁਸੀਂ ਜੀ ਆਪਾਂ ਤੁਹਾਨੂੰ ਇੰਨਾ ਪਸੰਦ ਕੀਤਾ, ਇਹ ਸ਼ੋਅ ਤੁਸੀਂ ਛੱਡਣਾ ਨਹੀਂ, ਆਪਾਂ ਚਾਹੁੰਦੇ ਹਾਂ ਤੁਸੀਂ ਇੱਕ ਵਾਰ ਸਾਡੇ ਸ਼ਹਿਰ ਆਓ ਟੋਰਾਂਟੋ, ਆਪਾਂ ਤੁਹਾਨੂੰ ਬਹੁਤ ਮਿਲਣਾ ਚਾਹੁੰਦੇ ਹਾਂ। ਅੱਛਾ ਜੀ, ਕੋਈ ਨਾ ਜੀ, ਮੈਂ ਬਹੁਤ ਜਲਦੀ ਉੱਥੇ ਆ ਜਾਵਾਂਗੀ, ਪਰ ਇੱਥੇ ਵੀ ਰਹਿਣਾ ਮੇਰਾ ਬਹੁਤ ਜ਼ਰੂਰੀ ਆ ਨਾ, ਹੈ ਨਾ, ਤੁਸੀਂ ਪੰਜਾਬ ਆਓਗੇ ਤੁਸੀਂ ਮੈਨੂੰ ਮਿਲ ਲੈਣਾ। ਜ਼ਰੂਰ ਜੀ, ਆਪਾਂ ਪੰਜਾਬ ਆਓਗੇ ਤੁਹਾਨੂੰ ਜ਼ਰੂਰ ਮਿਲ ਲਾਂਗੇ। ਪੱਕਾ ਜੀ, ਪੱਕਾ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹੁਣ ਅਗਲੇ ਕਾਲਰ ਦੀ ਵਾਰੀ ਆ ਗਈ ਹੈ ਜੀ। ਧੰਨਵਾਦ, ਥੈਂਕ ਯੂ ਸੋ ਮਚ ਜੀ। ਇਹ ਕਾਲਰ ਨੇ ਮੈਨੂੰ ਦੱਸਿਆ ਵੀ ਇਹਨਾਂ ਨੂੰ ਵਿਆਹ ਮੂਵੀ ਜਿਹੜੀ ਵਿਵਾਹ ਮੂਵੀ ਆ ਉਹ ਬਹੁਤ ਪਸੰਦ ਆ, ਸ਼ਾਹਿਦ ਕਪੂਰ ਦਾ ਵਿਆਹ ਹੋ ਗਿਆ, ਇਹਨਾਂ ਨੂੰ ਤਾਂ ਮਤਲਬ ਬਹੁਤ ਜ਼ਿਆਦਾ ਦਿਲ ਤੋਂ ਸਦਮਾ ਲੱਗ ਗਿਆ ਵੀ ਆਹ ਕੀ ਹੋ ਗਿਆ ਜੀ, ਵਿਆਹ ਹੁਣ ਅਗਲਾ ਵਿਆਹ ਵੀ ਨਾ ਕਰਾਏ, ਹੈ ਇੰਨੀਆਂ ਕੁੜੀਆਂ ਉਹਨਾਂ 'ਤੇ ਮਰਦੀਆਂ ਹੋਣੀਆਂ ਅਤੇ ਅਗਲਾ ਵਿਆਹ ਤਾਂ ਇੱਕੋ ਨਾਲ ਕਰਾਊ, ਹੈ ਕਿ ਨਹੀਂ। ਹੁਣ ਜਿਹਦੇ ਨਾਲ ਵਿਆਹ ਹੋਇਆ ਉਹਦਾ ਵੀ ਤਾਂ ਫੇਵਰੇਟ ਹੋ ਸਕਦੇ ਆ, ਕਈ ਵਾਰ ਹੁੰਦਾ ਸਾਡਾ ਨਾ ਹੀਰੋ ਇੰਨਾ ਫੇਵਰੇਟ ਹੁੰਦਾ ਉਹਦੀਆਂ ਆਪਾਂ ਹਰ ਮੂਵੀਜ਼ ਕਿੰਨੀ ਕਿੰਨੀ ਵਾਰ ਵੇਖ ਲੈਂਦੇ ਹਾਂ ਜੀ, ਹੈ ਨਾ। ਇੱਦਾਂ ਹੀ ਇੱਕ ਵਾਰ ਨਾ ਇੱਕ ਹੀਰੋ ਨੂੰ ਕਿਸੇ ਨੇ ਕਿਹਾ, ਕਹਿੰਦਾ ਜੀ ਮੈਨੂੰ ਨਾ ਤੁਹਾਡੀ ਇੰਨੀ ਮੂਵੀਜ਼ ਪਸੰਦ ਨੇ, ਇੰਨੀ ਮੂਵੀਜ਼ ਪਸੰਦ ਨੇ, ਇੱਕ ਇੱਕ ਮੂਵੀ ਨੂੰ ਨਾ ਮੈਂ ਤਿੰਨ ਤਿੰਨ ਵਾਰ ਦੇਖਦਾ, ਕਹਿੰਦਾ ਕਿਉਂ ਪਹਿਲੀ ਵਾਰ ਤਾਂ ਸਮਝ ਨਹੀਂ ਲੱਗਦੀ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਇੱਥੋਂ ਬੋਲਦਾ, ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਤੋਂ ਬੋਲਦੇ, ਤੇ ਨਾਂ ਦੱਸ ਦਿਓ ਪਲੀਜ਼ ਆਪਣਾ। ਨਾਂ ਤਾਂ ਮੇਰਾ ਹੈਗਾ ਉੱਥੇ ਪੰਜਾਬ ਦੀ ਬਿੱਲਾ, ਇੱਥੇ ਮੈਨੂੰ ਬਿੱਲ ਬਿੱਲ ਕਰਕੇ ਬੁਲਾਉਂਦੇ ਹੈਗੇ ਸਾਰੇ। ਅੱਛਾ ਜੀ, ਬਿੱਲਾ ਜੀ ਤੁਸੀਂ ਆਪਣਾ ਨਾਂ ਬਦਲੋ, ਉੱਥੇ ਜਾ ਕੇ ਤੁਸੀਂ ਘੈਂਟ ਜਿਹਾ ਨਾਂ ਰੱਖ ਲਿਆ। ਮੈਂ ਥੋੜਾ ਰੱਖਿਆ ਹੈਗਾ, ਇੱਥੇ ਦੇ ਲੋਕਾਂ ਰੱਖਿਆ ਹੈਗਾ, ਉਹਨਾਂ ਨੂੰ ਬਿੱਲਾ ਕਹਿਣਾ ਨਹੀਂ ਆਉਂਦਾ ਹੈਗਾ। ਉੱਥੇ ਐਂ ਹੀ ਕਰਦੇ ਨੇ, ਕਿਸੇ ਬਿੱਲ ਕਰੀ ਜਾਂਦੇ ਹੈਗੇ, ਤੇ ਮੇਰਾ ਪੰਜਾਬ ਜੀ ਵੀ ਹੁਣ ਬੇਲੀ ਪਰ ਕੇ ਪੈ ਗਿਆ ਹੈਗਾ ਨਾ। ਬਿਲ ਕਲਿੰਟਨ ਜੀ ਤੇ ਨਹੀਂ ਬੋਲ ਰਹੇ ਕਿਤੇ? ਉੱਥੇ ਤਾਂ ਐਂ ਹੀ ਹੈ, ਸਮਰਿੰਦਰ ਨੂੰ ਸੈਮ ਕਹਿ ਦੀਦਾ, ਪਰਮਿੰਦਰ ਨੂੰ ਪੈਮ ਕਹਿ ਦੀਦਾ ਆ। ਬਾਗਬਾਨ ਮੂਵੀ ਉਹ ਬਹੁਤ ਪਸੰਦ ਹੈ, ਮੈਨੂੰ ਵੀ ਬਹੁਤ ਪਸੰਦ ਹੈ। ਬਿਲਕੁਲ 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 ਬਿਲਕੁਲ, ਉਹਦੇ ਤੋਂ ਇਹ ਪਤਾ ਲੱਗਦਾ ਵੀ ਜਿਹੜਾ ਅੱਜ ਕੱਲ ਮਾਹੌਲ ਆ ਉਹ ਕਿੱਦਾਂ ਦਾ ਚੱਲ ਰਿਹਾ, ਹੈ ਨਾ।
ਬੱਚੇ ਕਿੱਦਾਂ ਦੇ ਮਾਂ ਬਾਪ ਆਪਣੇ ਪਾਈ ਪਾਈ ਬੱਚੇ ਦੇ ਲਗਾਉਂਦੇ ਹੈਗੇ ਆ ਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈਗੀ ਤੇ ਉਹ ਅੰਗੂਠਾ ਦਿਖਾਉਂਦੇ ਹੈਗੇ ਨਹੀਂ ਨਹੀਂ ਸਾਰੇ ਬੱਚੇ ਏਦਾਂ ਦੇ ਨਹੀਂ ਹੈਗੇ ਮੈਂ ਤਾਂ ਆਪਣੇ ਮਾਂ ਪਿਓ ਦੀ ਬਹੁਤ ਕਦਰ ਕਰਦੀ ਹਾਂ ਨਹੀਂ ਨਹੀਂ ਅਸੀਂ ਤੇ ਸਾਡੇ ਆਪਣੇ ਬਹੁਤ ਵਧੀਆ ਫੈਮਿਲੀ ਹੈਗੀ ਹਨਾ ਤੇ ਸਾਡੇ ਬੱਚੇ ਦੇ ਆਪਣੇ ਮਾਂ ਪਿੱਛੇ ਜਾਣ ਦਿੰਦੇ ਹੈਗੇ ਬਿਲਕੁਲ ਬਿਲਕੁਲ ਉਹ ਨਾ ਵੱਖ ਵੱਖ ਤਰ੍ਹਾਂ ਦੀ ਦੁਨੀਆ ਦੱਸੀ ਹੈ ਵੀ ਕਿੰਨੀ ਕੁ ਚੰਗੀ ਕਿੰਨੀ ਕੁ ਮਾੜੀ ਹੈਗੀ ਆ ਹਨਾ ਹਾਂ ਇਹ ਬਹੁਤ ਵਧੀਆ ਫਿਲਮ ਹੈਗੀ ਆ ਉਹ ਤੋਂ ਸਿੱਖਿਆ ਮਿਲਦੀ ਹੈਗੀ ਆ ਤੇ ਉਦਾਂ ਵੀ ਵਧੀਆ ਹੈਗੀ ਆ ਬਿਲਕੁਲ ਬਿਲਕੁਲ ਤੇ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਹੁਣ ਸਾਨੂੰ ਦੋ ਇਜਾਜ਼ਤ ਕਿਉਂਕਿ ਸਮਾਂ ਹੋ ਗਿਆ ਜੀ ਇੱਕ ਨਿੱਕੇ ਜੇ ਪਿਆਰੇ ਜੇ ਬ੍ਰੇਕ ਦਾ ਸਤਿ ਸ਼੍ਰੀ ਅਕਾਲ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈਗਾ ਜੀ ਗੱਲਾਂ ਚੱਲ ਰਹੀਆਂ ਸੀਗੀਆਂ ਫਿਲਮਾਂ ਦੀਆਂ ਮੂਵੀਜ਼ ਦੀਆਂ ਪਿਕਚਰਾਂ ਦੀਆਂ ਵੀ ਤੁਹਾਨੂੰ ਕਿਵੇਂ ਦੀ ਮੂਵੀਜ਼ ਪਸੰਦ ਨੇ ਅਤੇ ਕਿਵੇਂ ਦੀਆਂ ਫਿਲਮਾਂ ਤੁਸੀਂ ਵੇਖਣਾ ਚਾਹੁੰਦੇ ਹੋ ਤੁਹਾਡੀ ਫੇਵਰੇਟ ਮੂਵੀ ਦਾ ਨਾਂ ਕੀ ਹੈ ਅਤੇ ਉਹ ਤੁਹਾਡੀ ਫੇਵਰੇਟ ਕਿਉਂ ਹੈਗੀ ਹੈ ਅਤੇ ਵੱਖਰੇ ਵੱਖਰੇ ਦਰਸ਼ਕ ਜਾਂ ਵੱਖਰੇ ਵੱਖਰੇ ਕਾਲਰਸ ਮੈਨੂੰ ਦੱਸ ਰਹੇ ਸੀਗੇ ਵੀ ਮੈਨੂੰ ਆਹ ਮੂਵੀ ਪਸੰਦ ਹੈ ਮੈਨੂੰ ਆਹ ਮੂਵੀ ਪਸੰਦ ਹੈ ਮੈਨੂੰ ਇਸ ਕਰਕੇ ਪਸੰਦ ਹੈ ਮੈਨੂੰ ਇਸ ਕਰਕੇ ਪਸੰਦ ਹੈ ਹਨਾ ਅਤੇ ਤੁਸੀਂ ਵੀ ਮੈਨੂੰ ਦੱਸਣਾ ਹੈ ਫਟਾਫਟ ਕਾਲ ਲਾ ਕੇ ਵੀ ਤੁਹਾਡੇ ਫੇਵਰੇਟ ਜਿਹੜੇ ਮੂਵੀਜ਼ ਨੇ ਉਹ ਕਿਹੜੀਆਂ ਕਿਹੜੀਆਂ ਹੈਗੀਆਂ ਨੇ ਅਤੇ ਸਾਰੇ ਨਾਲ ਜਿਹੜੇ ਕਾਲਰਸ ਜੁੜੇ ਹੋਏ ਨੇ ਉਹ ਬੜੀ ਬੜੀ ਪਿਆਰੀਆਂ ਗੱਲਾਂ ਕਰਕੇ ਦੱਸ ਰਹੇ ਨੇ ਵੀ ਤੁਸੀਂ ਵੀ ਨਾ ਹੁਣ ਫਿਲਮਾਂ ਵਿੱਚ ਚੱਲ ਜਾਓ ਮੈਨੂੰ ਤਾਂ ਕਾਲਰ ਕਹਿੰਦੇ ਵੀ ਤੁਸੀਂ ਫਿਲਮਾਂ 'ਚ ਚੱਲ ਜਾਓ ਮੈਂ ਕਿਹਾ ਮੈਨੂੰ ਗੱਲਾਂ ਵਿਦ ਗੁਲਾਬੋ ਤਾਂ ਪਹਿਲਾਂ ਕਰ ਲੈਣ ਦਿਓ ਫਿਰ ਹੀ ਮੈਂ ਫਿਲਮਾਂ 'ਚ ਜਾਊਂਗੀ ਨਾਲੇ ਮੈਂ ਗੱਲਾਂ ਵਿਦ ਗੁਲਾਬੋ ਛੱਡ ਕੇ ਕਿਤੇ ਨਹੀਂ ਜਾਣਾ ਫਿਲਮਾਂ ਵੀ ਕਰ ਲਾਂਗੇ ਕੋਈ ਗੱਲ ਨਹੀਂ ਜੀ ਅਤੇ ਮੇਰੀ ਫੇਵਰੇਟ ਮੂਵੀ ਮੈਂ ਤੁਹਾਨੂੰ ਦੱਸਦੀ ਆ ਵੀ ਪਰਸਨਲੀ ਮੈਨੂੰ ਕਿਹੜੀ ਪਸੰਦ ਨੇ ਤੁਸੀਂ ਵੀ ਮੈਨੂੰ ਦੱਸਿਆ ਕਿਸੇ ਨੂੰ ਐਕਸ਼ਨ ਮੂਵੀਜ਼ ਪਸੰਦ ਨੇ ਐਕਚੁਅਲੀ ਨਾ ਏਜ ਦੇ ਹਿਸਾਬ ਨਾਲ ਨਾ ਜਿਹੜੀ ਜਿਹੜੀ ਚੋਇਸ ਆ ਉਹ ਬਦਲਦੀ ਚਾਹੁੰਦੀ ਆ ਬੱਚਿਆਂ ਦੀ ਚੋਇਸ ਕੁਛ ਹੋਰ ਹੁੰਦੀ ਆ ਮੈਚਿਓਰ ਹੋ ਜਾਓ ਕਾਲਜ 'ਚ ਚੱਲ ਜਾਓ ਚੋਇਸ ਕੁਛ ਹੋਰ ਹੋ ਜਾਂਦੀ ਆ ਫਿਰ ਜਿਹੜੇ ਵੱਡੇ ਪੇਰੈਂਟਸ ਨੇ ਉਹਨਾਂ ਨੂੰ ਫੈਮਿਲੀ ਮੂਵੀਜ਼ ਪਸੰਦ ਆਉਣੀ ਸ਼ੁਰੂ ਹੋ ਜਾਂਦੀਆਂ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਸੱਭਿਆਚਾਰਕ ਮੂਵੀਜ਼ ਪਸੰਦ ਆ ਜਾਂਦੀਆਂ ਹੈ ਨਾ ਅਤੇ ਇਸ ਕਰਕੇ ਵੱਖਰੀ ਵੱਖਰੀ ਕੈਟਾਗਰੀਜ਼ ਹੁੰਦੀਆਂ ਵੱਖਰੇ ਵੱਖਰੇ ਦਰਸ਼ਕਾਂ ਦੀਆਂ ਅਤੇ ਫਿਲਮਾਂ ਦੀਆਂ ਆਪਣੇ ਆਪਣੇ ਹਿਸਾਬ ਨਾਲ ਮੂਵੀਜ਼ ਫੇਵਰੇਟ ਹੋ ਜਾਂਦੀਆਂ ਅਗਲੇ ਕਾਲਰ ਨੂੰ ਪੁੱਛਦੇ ਹਾਂ ਅਤੇ ਕਾਲਰ ਲੱਗਦਾ ਕੱਟ ਗਏ ਨੇ ਸਾਡੇ ਨਾਲ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਲੱਗਦਾ ਮੂਵੀ ਵੇਖਣ ਦਾ ਇੰਨਾ ਚਾਹੇ ਮੂਵੀ ਵੇਖਣ ਹੀ ਚੱਲ ਗਏ ਨੇ ਹੈ ਨਾ ਅਤੇ ਕੋਈ ਗੱਲ ਨਹੀਂ ਜੀ ਮੂਵੀ ਵੇਖਣੀ ਆ ਪਰ ਆਪਣੇ ਹਿਸਾਬ ਨਾਲ ਵਧੀਆ ਚੀਜ਼ ਉਹਦੇ 'ਚੋਂ ਇਕੱਠੀ ਕਰਨੀ ਹੈ ਕਿਉਂਕਿ ਦੇਖੋ ਜੀ ਹੁਣ ਕੋਈ ਵੀ ਚੀਜ਼ ਆ ਭਾਵੇਂ ਜ਼ਿੰਦਗੀ ਹੈ ਸਾਡੀ ਉਹਦੇ ਵਿੱਚ ਵੀ ਚੰਗੀਆਂ ਮਾੜੀਆਂ ਹਰ ਚੀਜ਼ ਹੁੰਦੇ ਨੇ ਬੰਦੇ ਨੇ ਜਿਹੜੇ ਉਹ ਵੀ ਚੰਗੇ ਮਾੜੇ ਹਰ ਤਰ੍ਹਾਂ ਦੇ ਹੁੰਦੇ ਨੇ ਇੱਦਾਂ ਹੀ ਮੂਵੀਜ਼ ਨੇ ਉਹਦੇ ਵਿੱਚੋਂ ਵੀ ਤੁਸੀਂ ਵਧੀਆ ਵਧੀਆ ਚੀਜ਼ਾਂ ਚੱਕਣੀਆਂ ਨੇ ਮੈਂ ਪਰਸਨਲੀ ਇਹ ਕਹੂੰਗੀ ਕਿਉਂਕਿ ਮੇਰੇ ਪੇਰੈਂਟਸ ਵੀ ਇਹੀ ਕਹਿੰਦੇ ਨੇ ਵੀ ਜਿਹੜੀ ਹਰ ਚੀਜ਼ ਆ ਉਹਦੇ 'ਚੋਂ ਪੋਜ਼ਿਟਿਵ ਜ਼ਰੂਰ ਚੱਕ ਲਓ ਤੁਸੀਂ ਹੈ ਨਾ ਕੋਈ ਵੀ ਚੀਜ਼ਾਂ 'ਚ ਪੋਜ਼ਿਟਿਵ ਚੀਜ਼ ਹੋਣੀ ਚਾਹੀਦੀ ਹੈ ਅਤੇ ਅੱਧੇ ਕਾਲਜ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਕਿਸੇ ਹੀਰੋ ਜਾਂ ਹੀਰੋਇਨ ਦੇ ਫੇਵਰੇਟ ਹੋਣ ਕਰਕੇ ਹੀ ਉਹ ਮੂਵੀ ਫੇਵਰੇਟ ਬਣੀ ਜਾਂਦੀ ਆ ਅਤੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਉਹਨਾਂ ਨੂੰ ਉਹ ਮੂਵੀਜ਼ ਪਸੰਦ ਨੇ ਜਿਹਦੇ ਵਿੱਚ ਆਪਾਂ ਨਾ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮਜ਼ਾਕ ਮਖੌਲ ਕਰੀ ਜਾਈਦਾ ਆ ਹੈ ਨਾ ਅਤੇ ਇਹ ਏਜ ਦੇ ਹਿਸਾਬ ਨਾਲ ਵੀ ਹੁੰਦਾ ਅਗਲੇ ਕਾਲਰ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ ਮੈਂ ਰਜਨੀ ਬੋਲ ਰਹੀ ਹਾਂ ਰਜਨੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ ਮੈਂ ਆਸਟ੍ਰੇਲੀਆ ਤੋਂ ਬੋਲਦੀ ਪਈ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਇੱਧਰ ਨੂੰ ਹੋ ਜਾਓ ਕੈਨੇਡਾ ਨੂੰ ਬੋਲ ਰਹੇ ਹੋ ਮੈਨੂੰ ਲੱਗਦਾ ਤੁਸੀਂ ਨਹੀਂ ਜੀ ਨਹੀਂ ਜੀ ਅੱਛਾ ਸਾਰੇ ਮੇਰੇ ਨਾਲ ਮਖੌਲ ਕਰਦੇ ਤੁਸੀਂ ਵੀ ਕਰੀ ਜਾਓ ਮੈਨੂੰ ਇਹ ਦੱਸੋ ਤੁਸੀਂ ਮੂਵੀਜ਼ ਵੇਖਦੇ ਹੋ ਹਾਂਜੀ ਜੀ ਵੇਖੀ ਦੀਆਂ ਵਾ ਕਿਵੇਂ ਦੀ ਮੂਵੀਜ਼ ਪਸੰਦ ਨੇ ਸਾਰੀਆਂ ਪਸੰਦ ਹੈਗੀਆਂ ਜੀ ਅੱਛਾ ਸਾਰੀ ਮੂਵੀਜ਼ ਪਸੰਦ ਨੇ ਹਾਂਜੀ ਜੀ ਤੇ ਕੋਈ ਐਸੀ ਤੁਹਾਡੀ ਫੇਵਰੇਟ ਮੂਵੀ ਹੋਵੇ ਫੇਵਰੇਟ ਤੇ ਕੋਈ ਨਹੀਂ ਜੀ ਦੇਖੋ ਜੀ ਘਰ ਦਾ ਕੰਮ ਕਰੀਦਾ ਉਹਦੇ ਨਾਲ ਜਿਹੜੀ ਜਿਹੜੀ ਪਸੰਦ ਆਈ ਜਾਂਦੀਆਂ ਉਹ ਵੇਖੀ ਜਾਂਦੀਆਂ ਵਾ ਵੈਸੇ ਫੇਵਰੇਟ ਤਾਂ ਕੋਈ ਵੀ ਨਹੀਂ ਹੈਗੀ ਅੱਛਾ ਵੈਸੇ ਜਨਾਨੀਆਂ ਨੂੰ ਘਰ ਦਾ ਕੰਮ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕਰਦੀ ਆ ਮੈਂ ਅੱਛਾ ਕਾਮੇਡੀ ਮੂਵੀ ਹਾਂਜੀ ਤੇ ਨੇਚਰ ਵੀ ਤੁਹਾਡੀ ਫਿਰ ਮੈਨੂੰ ਲੱਗਦਾ ਕਾਮੇਡੀ ਮੂਵੀਜ਼ ਵੇਖ ਵੇਖ ਕੇ ਉਦਾਂ ਦੀ ਹੋ ਜਾਣੀ ਹੋਣੀ ਹੈ ਹਾਂਜੀ ਇਹ ਤੇ ਹੈਗਾ ਹੀ ਆ ਜੀ ਹੋਰ ਵੈਸੇ ਮੈਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਉਂਦਾ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦੱਸਦੇ ਹੋ ਵੀ ਤੁਹਾਨੂੰ ਜਦੋਂ ਮੇਰੇ ਨਾਲ ਗੱਲ ਕਰਕੇ ਮਜ਼ਾ ਆਉਂਦਾ ਮੈਨੂੰ ਵੀ ਆਪਣੇ ਦਰਸ਼ਕਾਂ ਨਾਲ ਆਪਣੇ ਕਾਲਰਸ ਨਾਲ ਗੱਲ ਕਰਕੇ ਬਹੁਤ ਮਜ਼ਾ ਆਉਂਦਾ ਆ ਕਰਾ ਦਿਓ ਜੀ ਕਰਾ ਦਿਓ ਸਾਰੇ ਬੱਚਿਆਂ ਨਾਲ ਗੱਲ ਕਰਾ ਰਹੇ ਕਿਉਂਕਿ ਫਿਲਮਾਂ ਦਾ ਜਿਹੜਾ ਟੌਪਿਕ ਆ ਉਹ ਬੱਚਿਆਂ ਵਾਸਤੇ ਜ਼ਿਆਦਾ ਵਧੀਆ ਹੈਲੋ 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 ਸਤਿ ਸ਼੍ਰੀ ਅਕਾਲ ਮੈਂ ਮੁਸਕਾਨ ਬੋਲ ਰਹੀ ਹਾਂ ਮੁਸਕਾਨ ਜੀ ਤੁਹਾਡਾ ਕੀ ਹਾਲ ਆ ਵਧੀਆ ਮੁਸਕਾਨ ਜੀ ਤੁਹਾਨੂੰ ਮੂਵੀਜ਼ ਕਿੱਦਾਂ ਦੀਆਂ ਪਸੰਦ ਨੇ ਪੰਜਾਬੀ ਪੰਜਾਬੀ ਮੂਵੀਜ਼ ਅੱਛਾ ਕੋਈ ਫੇਵਰੇਟ ਮੂਵੀ ਦੱਸੋ ਹਾਂਜੀ ਕੋਈ ਆਪਣੀ ਫੇਵਰੇਟ ਮਨਪਸੰਦੀ ਦਾ ਮੂਵੀ ਦੱਸੋ ਮੁੰਡੇ ਕਮਾਲ
ਮੁੰਡੇ ਕਮਾਲ ਦੇ। ਅੱਛਾ ਜੀ, ਤੇ ਪੜਨ ਪੁੜਨ ਵਾਲੀਆਂ ਫਿਲਮਾਂ ਨਹੀਂ ਪਸੰਦ ਤੁਹਾਨੂੰ? ਹੈ ਹਾਂਜੀ। ਅੱਛਾ, ਮਤਲਬ ਤੁਹਾਨੂੰ ਵੀ ਕਾਮੇਡੀ ਮੂਵੀਜ਼ ਪਸੰਦ ਨੇ ਜਿੱਦਾਂ ਮੰਮੀ ਨੂੰ ਪਸੰਦ ਨੇ? ਹਾਂਜੀ। ਹੈ ਨਾ, ਤੇ ਤੁਸੀਂ ਫੈਮਿਲੀ ਨਾਲ ਜਾਂਦੇ ਹੋ ਮੂਵੀਜ਼ ਦੇਖਣ? ਹਾਂਜੀ। ਠੀਕ ਹੈ ਜੀ, ਠੀਕ ਹੈ, ਜਾਇਆ ਕਰੋ ਅਤੇ ਉੱਥੇ ਪੌਪਕੋਰਨ ਖਾ ਕੇ ਆਇਆ ਕਰੋ, ਕੋਲਡ ਡਰਿੰਕ ਪੀ ਕੇ ਆਇਆ ਕਰੋ। ਠੀਕ ਹੈ। ਅੱਛਾ, ਕਰਾਓ ਮੰਮੀ ਨਾਲ ਗੱਲ। ਹੈਲੋ। ਹੈਲੋ ਮੰਮਾ। ਹੈਲੋ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਜੀ, ਸੁਣ ਕੇ ਬਹੁਤ ਵਧੀਆ ਲੱਗੇ ਵੀ ਤੁਹਾਨੂੰ ਕੋਮੇਡੀਜ਼ ਮੂਵੀ ਬਹੁਤ ਪਸੰਦ ਨੇ, ਅਤੇ ਇੱਦਾਂ ਹੀ ਆਪਾਂ ਵਧੀਆ ਵਧੀਆ ਪਿਕਚਰਾਂ ਜਿਹੜੀਆਂ ਸਾਡੇ ਡਾਇਰੈਕਟਰ, ਸਾਡੇ ਪ੍ਰੋਡਿਊਸਰ, ਸਾਡੇ ਜਿਹੜੇ ਟੀਮ ਦੇ ਬੰਦੇ ਨੇ, ਸਾਡੇ ਜਿਹੜੇ ਕਲੀਗਸ ਨੇ, ਸਾਡੇ ਜਿਹੜੇ ਕੋ-ਸਟਾਰਸ ਨੇ, ਵਧੀਆ ਮੂਵੀ ਤੁਹਾਡੇ ਲਈ ਬਣਾਉਂਦੇ ਰਹਿੰਦੇ ਨੇ, ਇਸੇ ਕਰਕੇ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋ। ਅਗਲੇ ਕਾਲਰ ਨੂੰ ਪੁੱਛਦੇ ਹਾਂ। ਹੈਲੋ। ਸਤਿ ਸ਼੍ਰੀ ਅਕਾਲ ਗਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਰਿੱਕੀ ਬੋਲ ਰਿਹਾ ਜੀ, ਟੋਰਾਂਟੋ ਤੋਂ। ਟੋਰਾਂਟੋ ਤੋਂ, ਅਤੇ ਮੂਵੀਜ਼ ਦਾ ਸ਼ੌਂਕ ਹੈਗਾ? ਹਾਂਜੀ ਬਿਲਕੁਲ ਹੈਗਾ ਜੀ, ਮੈਨੂੰ ਪੰਜਾਬੀ ਮੂਵੀ ਬਹੁਤ ਪਸੰਦ ਨੇ ਜੀ। ਪੰਜਾਬੀ ਗੁਰਦਾਸ ਮਾਨ ਸਾਹਿਬ ਦੀ? ਵਾਹ ਵਾਹ, ਕਿਹੜੀ ਮੂਵੀ ਪਸੰਦ ਆ? ਮੈਨੂੰ ਸ਼ਹੀਦੇ ਮੁਹੱਬਤ, ਬੂਟਾ ਸਿੰਘ ਵਾਲੀ ਫਿਲਮ ਹੈ ਨਾ ਜਿਹੜੀ। ਮੈਨੂੰ ਵੀ ਬਹੁਤ ਪਸੰਦ ਸੀਗੀ ਜਦੋਂ ਮੈਂ ਇਹ ਮੂਵੀ ਦੇਖੀ ਨਾ, ਤੇ ਮਤਲਬ ਮੈਂ ਬੜੀ ਇਮੋਸ਼ਨਲ ਜੀ ਹੋ ਗਈ ਸੀਗੀ ਇਹ ਮੂਵੀ ਦੇਖ ਕੇ। ਹਾਂਜੀ, ਉਹ ਮੈਂ ਜਿੰਨੀ ਵਾਰੀ ਵੀ ਮੂਵੀ ਦੇਖਣਾ ਮਤਲਬ ਬੋਰ ਨਹੀਂ ਹੁੰਦਾ ਤੇ ਦਿਲ ਲੱਗ ਜਾਂਦਾ ਵਾ। ਸਹੀ ਗੱਲ ਆ, ਰਿਐਲਿਟੀ ਤੇ ਬੇਸਡ ਆ ਮੂਵੀ। ਕਿਹੜਾ? ਮੈਂ ਤੁਹਾਨੂੰ ਗਾਣਾ ਸੁਣਾਵਾਂ? ਬਿਲਕੁਲ 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 ਜੀ। ਅਸੀਂ ਤੇਰੇ ਸ਼ਹਿਰ ਨੂੰ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆ, ਆਸ਼ਕਾਂ ਦੀ ਆਸ਼ਕੀ ਦੇ, ਆਸ਼ਕਾਂ ਦੀ ਆਸ਼ਕੀ ਦੇ ਨਾਮ ਕਰ ਚੱਲੇ ਆ, ਅਸੀਂ ਤੇਰੇ ਸ਼ਹਿਰ ਨੂੰ। ਵਾਹ 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 ਵਾਹ, ਇਹ ਤੁਹਾਡਾ ਫੇਵਰੇਟ ਸੌਂਗ ਆ? ਬਹੁਤ ਜ਼ਿਆਦਾ ਜੀ, ਮੇਰਾ ਬਿਲਕੁਲ ਮੇਰਾ ਮਨਪਸੰਦ ਸੌਂਗ ਆ, ਬਹੁਤ ਜ਼ਿਆਦਾ ਸੁਣਦਾ ਮੈਂ। ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਜਦੋਂ ਆ ਮੂਵੀ ਦੇਖੀ ਸੀਗੀ ਨਾ, ਹੁਣ ਵੀ ਮੈਂ ਜਦੋਂ ਵੀ ਦੇਖਦੀ ਹਾਂ ਨਾ, ਮੈਂ ਰੋ ਪੈਂਦੀ ਹਾਂ। ਤੁਹਾਡੇ ਨਾਲ ਵੀ ਇੱਦਾਂ ਹੁੰਦਾ? ਵਾਹ, ਇੰਨੀ ਇਸ ਤਰ੍ਹਾਂ ਰੋਣਾ ਤਾਂ ਚਲੋ ਨਹੀਂ, ਮਤਲਬ ਅੱਛੇ ਲੱਗਦੇ, ਡਾਇਲੋਗ ਸੋਹਣੇ ਆ, ਔਰ ਬਹੁਤ ਫੈਮਿਲੀ ਲਾਇਕ ਹੈਗੀ ਹੈ, ਦੇਖਣ ਲਾਇਕ, ਮਤਲਬ ਸਾਰੇ ਬੈਠ ਕੇ ਦੇਖ ਸਕਦੇ ਨੇ। ਤੁਹਾਨੂੰ ਪਤਾ ਆ ਮੂਵੀ ਰਿਐਲਿਟੀ ਤੇ ਬੇਸਡ ਆ? ਅਸਲ ਵਿੱਚ ਇੱਦਾਂ ਹੋਇਆ ਸੀਗਾ, ਸਾਰਾ ਮਾਹੌਲ ਇੱਦਾਂ ਦਾ ਹੋ ਗਿਆ ਸੀਗਾ ਪੰਜਾਬ ਦਾ ਤੇ ਪਾਕਿਸਤਾਨ ਦਾ। ਜੀ ਜੀ ਜੀ, ਹਨਾ, ਤੇ ਉਸ ਚੀਜ਼ ਤੇ ਬੇਸਡ ਹੈਗੀ ਆ। ਤੰਗੀਆਂ ਤੰਗੇ ਜਿਹੇ ਹੋ ਗਏ ਸੀਗੇ। ਜੀ ਬਿਲਕੁਲ ਬਿਲਕੁਲ। ਤੇ ਉਦੋਂ ਦੀ ਮੂਵੀ ਆ, ਤੁਸੀਂ ਅੱਜ ਉਹ ਮੂਵੀ ਬਾਰੇ ਫਿਰ ਤੋਂ ਚੇਤਾ ਕਰਾ ਕੇ ਫਿਰ ਤੋਂ ਮੈਨੂੰ ਇਮੋਸ਼ਨਲ ਕਰਤਾ। ਓਹੋ, ਇਮੋਸ਼ਨਲ ਨਹੀਂ ਹੋਣਾ ਜੀ, ਹੋਰ ਨਵੀਂ ਨਵੀਂ ਵਧੀਆ ਟੌਪਿਕ ਲੈ ਕੇ ਆਇਆ ਕਰੋ। ਆਓ ਜੀ, ਤੁਹਾਡੇ ਮਤਲਬ ਦੇ ਤੁਸੀਂ ਜੋ ਸਾਨੂੰ ਮੇਲ ਕਰਦੇ ਹੋ, ਮੇਲ ਆਈਡੀ ਵਿੱਚ ਤੁਸੀਂ ਜੋ ਵੀ ਭੇਜਦੇ ਹੋ ਵੀ ਤੁਹਾਨੂੰ ਇਦਾਂ ਦੀ ਮੂਵੀ ਚਾਹੀਦੀ, ਇਦਾਂ ਦੀ ਜਿਹੜੇ ਟੌਪਿਕ ਆ ਉਹ ਚਾਹੀਦੇ ਨੇ, ਜਾਂ ਇਦਾਂ ਦੀਆਂ ਗੱਲਾਂ ਜਾਂ ਡਿਸਕਸ਼ਨਸ ਚਾਹੀਦੀਆਂ, ਆਪਾਂ ਉਹੀ ਚੱਕਦੇ ਆ, ਹੈਨਾ? ਤੇ ਹੋਰ ਕੋਈ ਜੇ ਤੁਸੀਂ ਟੌਪਿਕ ਚਾਹੁੰਦੇ ਹੋ ਵੀ ਆਪਾਂ ਡਿਸਕਸ ਕਰੀਏ, ਜਾਂ ਇਹ ਤੁਹਾਡਾ ਫੇਵਰਟ ਟੌਪਿਕ ਆ, ਜਾਂ ਇਹਦੇ ਤੁਸੀਂ ਗੱਲ ਕਰਨਾ ਪਸੰਦ ਕਰਦੇ ਹੋ, ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਠੀਕ ਆ? ਠੀਕ ਹੈ ਜੀ, ਥੈਂਕ ਯੂ ਜੀ। ਸਾਡਾ ਜਿਹੜਾ ਮੇਲ ਐਡਰੈਸ ਹੈਗਾ ਉਹ ਸਕਰੋਲ ਹੋ ਰਿਹਾ ਹੋਣਾ ਸਕਰੀਨ ਤੇ, ਹੈਨਾ? ਤੇ ਤੁਸੀਂ ਉਹਦੇ ਤੇ ਜੋ ਵੀ ਆਪਣੇ ਜਿਹੜੇ ਸੁਜੈਸ਼ਨਸ ਨੇ, ਜਾਂ ਜਿਹੜੇ ਸਾਡੇ ਜੋ ਵੀ ਟੌਪਿਕਸ ਨੇ, ਉਹ ਭੇਜ ਸਕਦੇ ਹੋ। ਓਕੇ ਜੀ, ਠੀਕ ਹੈ ਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਮੂਵੀ ਬਾਰੇ ਦੱਸਿਆ, ਉਹ ਵੀ ਬਹੁਤ ਪਿਆਰੀ ਸੀਗੀ, ਮੇਰੀ ਵੀ ਵਨ ਆਫ ਦ ਫੇਵਰੇਟਸ ਮੂਵੀਆਂ ਵਿੱਚੋਂ ਇੱਕ ਹੈਗੀ ਆ ਜੀ, ਕਿਉਂਕਿ ਆਹ ਜਿਹੜੀ ਮੂਵੀ ਆ, ਹੁਣ ਵੇਖੋ ਜੇ ਆਪਾਂ ਕਾਮੇਡੀ ਮੂਵੀ ਵੇਖ ਕੇ ਹੱਸੀਦਾ ਆ, ਅਤੇ ਇੱਦਾਂ ਹੀ ਆਪਾਂ ਜਿਹੜੀ ਇਮੋਸ਼ਨਲ ਮੂਵੀ ਵੇਖ ਕੇ ਰੋਈਦਾ ਵੀ ਹੈਗਾ ਆ, ਹੈ ਨਾ? ਅਤੇ ਮੈਨੂੰ ਪਰਸਨਲੀ, ਮੈਂ ਤੁਹਾਨੂੰ ਦੱਸਾਂ, ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਕਾਮੇਡੀ ਮੂਵੀਜ਼ ਦਾ ਤਾਂ ਸ਼ੌਂਕ ਹੈਗਾ ਹੀ ਆ, ਪਰ ਨਾਲ ਹੀ ਨਾਲ ਜਿਹੜੀ ਇੱਦਾਂ ਦੀ ਮੂਵੀਜ਼ ਨੇ, ਜਿਹੜੀ ਟੱਚਿੰਗ ਜਿਹੀਆਂ ਮੂਵੀਜ਼ ਹੁੰਦੀਆਂ, ਰਿਐਲਿਟੀ ਬੇਸਡ ਮੂਵੀ, ਉਹਨਾਂ ਵਿੱਚ ਕੀ ਆ, ਕਿਤੇ ਨਾ ਕਿਤੇ ਰਿਐਲਿਟੀ ਝਲਕਦੀ ਆ, ਦਿਖਦਾ ਆ ਵੀ ਅਸਲ ਵਿੱਚ ਇੱਦਾਂ ਦਾ ਮਾਹੌਲ ਹੋਇਆ ਸੀ, ਇੱਦਾਂ ਦਾ ਮਾਹੌਲ ਹੋਇਆ ਸੀ। ਮੈਂ ਪਰਸਨਲ ਚਾਹੁੰਦੀ ਹਾਂ ਵੀ ਇੱਦਾਂ ਦੀ ਮੂਵੀਜ਼ ਗਾਂ ਵੀ ਆਉਣ, ਜਿੱਦਾਂ 1984 ਆਈ ਸੀਗੀ, ਉਹਦੇ ਵਿੱਚ ਵੀ ਦੱਸਿਆ ਗਿਆ ਸੀਗਾ ਵੀ ਕਿੱਦਾਂ ਦਾ ਮਾਹੌਲ ਹੋ ਗਿਆ ਸੀਗਾ ਪੰਜਾਬ ਦਾ, ਜਾਂ ਜਿਹੜੇ ਸਿੱਖ ਨੇ ਉਹਨਾਂ ਦਾ, ਕਿਉਂਕਿ ਉਦੋਂ ਨਾ ਜਿਹੜਾ ਇਹ ਮਾਹੌਲ ਸੀਗਾ, ਜਿਨ੍ਹਾਂ ਨੇ ਮਹਿਸੂਸ ਕੀਤਾ, ਉਹ ਜਦੋਂ ਇਹ ਮੂਵੀਜ਼ ਵੇਖਦੇ ਨੇ, ਜਾਂ ਗਾਂ ਉਹਨਾਂ ਦੀ ਜਿਹੜੀ ਨੈਕਸਟ ਜਨਰੇਸ਼ਨ ਵੇਖਦੀ ਹੈ, ਉਹਨਾਂ ਨੂੰ ਇਹ ਫੀਲਿੰਗ ਆਉਂਦੀ ਆ ਵੀ ਕਿਤੇ ਨਾ ਕਿਤੇ ਉਹ ਚੀਜ਼ ਰਿਐਲਿਟੀ ਜਿਹੜੀ ਸੀਗੀ ਉਹ ਇਸ ਮੂਵੀ ਵਿੱਚ ਝਲਕਦੀ ਹੈਗੀ ਆ, ਹੈ ਨਾ? ਅਤੇ ਅਗਲੇ ਕਾਲਰ ਸਾਡਾ ਰੈਡੀ ਨੇ, ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦੀ ਫੇਵਰੇਟ ਮੂਵੀ ਦੇ ਬਾਰੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਅਸੀਂ ਜਿਹੜਾ ਹੈਗਾ ਆ ਇਹ ਟੌਪਿਕ ਚੱਕਿਆ, ਇਹ ਵੀ ਇੱਕ ਸਾਡੇ ਕਾਲਰ ਨੇ ਸਾਨੂੰ ਦੱਸਿਆ ਸੀਗਾ ਵੀ ਇੱਦਾਂ ਦਾ ਟੌਪਿਕ ਚੱਕੋ, ਅਤੇ ਮੈਂ ਹੁਣੀ ਪਿਛਲੇ ਕਾਲਰ ਨੂੰ ਵੀ ਕਹਿ ਕੇ ਹਟੀ ਹਾਂ ਵੀ ਜੇ ਤੁਹਾਨੂੰ ਲੱਗਦਾ ਆ ਵੀ ਇਹ ਟੌਪਿਕ ਤੁਹਾਨੂੰ ਵਧੀਆ ਲੱਗਦਾ ਆ, ਜਾਂ ਇਹ ਡਿਸਕਸ਼ਨ ਕਰਨੀ ਆ ਤੁਸੀਂ ਚਾਹੁੰਦੇ ਹੋ ਸਾਡੇ ਨਾਲ, ਜਾਂ ਇਹ ਚੀਜ਼ਾਂ 'ਤੇ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ, ਤਾਂ ਪਲੀਜ਼ ਸਾਨੂੰ ਉਹ ਚੀਜ਼ ਸਾਨੂੰ ਮੇਲ ਆਈ ਡੀ 'ਤੇ ਜ਼ਰੂਰ ਭੇਜਿਆ ਕਰੋ। ਸਾਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਟੌਪਿਕਸ ਨੂੰ ਤੁਹਾਡੇ ਨਾਲ ਡਿਸਕਸ ਕਰਨਾ, ਹੈ ਨਾ? ਨਹੀਂ ਤਾਂ ਆਪਾਂ ਆਪਣੀਆਂ ਗੱਲਾਂ ਤਾਂ ਕਰੀ ਹੋਈ ਜਾਣੀਆਂ ਨੇ, ਹੈ ਨਾ? ਪਰ ਸਾਨੂੰ ਚੰਗਾ ਲੱਗੇਗਾ ਜੇ ਤੁਹਾਡੇ ਟੌਪਿਕ ਨੂੰ ਆਪਾਂ ਸਕਰੀਨ 'ਤੇ ਲੈ ਕੇ ਆਈਏ, ਅਤੇ ਗੱਲਾਂ ਵਿਦ ਗੁਲਾਬੋ ਦੇ ਵਿੱਚ ਉਹੀ ਟੌਪਿਕ ਆਪਾਂ ਡਿਸਕਸ ਕਰੀਏ। ਅਤੇ ਆਹ ਜਿਹੜਾ ਅੱਜ ਫਿਲਮਾਂ ਵਾਲਾ ਟੌਪਿਕ ਸੀ, ਬਹੁਤ ਵਧੀਆ, ਬਹੁਤ ਨਜ਼ਾਰੇਦਾਰ ਜਾ ਰਿਹਾ ਆ, ਸਾਡੇ ਨਾਲ ਕਾਲਰਸ ਨਾਲ ਦੇ ਨਾਲ ਜੁੜਦੇ ਜਾ ਰਹੇ ਨੇ, ਅਤੇ ਆਪਣੇ ਅਗਲੇ ਕਾਲਰ ਨੂੰ ਪੁੱਛ ਸਕਦੇ ਹਾਂ ਜੀ ਆਪਾਂ। ਹੈਲੋ,
ਓਹੋ ਫੋਨ ਕੱਟ ਗਿਆ ਜੀ। ਕੋਈ ਗੱਲ ਨਹੀਂ ਜੀ, ਇਹਨਾਂ ਦਾ ਧਿਆਨ ਹੋਣਾ ਫਿਲਮਾਂ ਦੇਖਣ ਦੇ ਵੱਲ, ਅਤੇ ਫਿਲਮਾਂ ਦੇਖਦੇ ਦੇਖਦੇ ਇਹਨਾਂ ਨੇ ਸੋਚਿਆ ਗੁਲਾਬੋ ਨੂੰ ਫੋਨ ਕਰ ਲੈਂਦੇ ਹਾਂ। ਪਰ ਗੁਲਾਬੋ ਨੂੰ ਫੋਨ ਕਰਨ ਦੀ ਨਾ ਪਹਿਲਾਂ ਪੌਜ਼ ਕਰਨਾ ਪੈਂਦਾ ਆ, ਫਿਰ ਜਾ ਕੇ ਗੱਲ ਹੁੰਦੀ ਆ। ਕਈ ਲੋਕ ਆਪਣੇ ਟੀ ਵੀ ਦੀ ਆਵਾਜ਼ ਨਹੀਂ ਘੱਟ ਕਰਦੇ, ਅਤੇ ਕਈ ਵਾਰ ਫਿਰ ਨਾ ਸਾਡੇ ਚੈਨਲ ਵਾਲੇ ਨਾਰਾਜ਼ ਹੋ ਕੇ ਨਾ ਉਹਦਾ ਫੋਨ ਕੱਟ ਦਿੰਦੇ ਆ, ਪਤਾ ਤੁਹਾਨੂੰ। ਅਤੇ ਧਿਆਨ ਨਾਲ ਫੋਨ ਲਾਉਣਾ ਮੈਨੂੰ, ਵੀ ਕਿਤੇ ਕੋਈ ਡਿਸਟਰੈਕਸ਼ਨ ਨਾ ਹੋਏ, ਕਿਤੇ ਕੋਈ ਡਿਸਟਰਬੈਂਸ ਨਾ ਹੋਏ, ਤਾਂ ਕਿ ਆਪਾਂ ਪਿਆਰ ਨਾਲ ਹੱਸੀ ਹੱਸੀ ਮਜ਼ਾਕ ਦੇ ਵਿੱਚ ਗੱਲਬਾਤ ਕਰ ਸਕੀਏ। ਠੀਕ ਹੈ ਜੀ, ਅਤੇ ਫਿਲਮਾਂ ਦੀਆਂ ਗੱਲਾਂ ਆਪਾਂ ਕਰ ਰਹੇ ਸੀਗੇ। ਮੈਂ ਰਿਐਲਿਟੀ ਜਿਹੜੀਆਂ ਫਿਲਮਾਂ ਨੇ ਉਹਨਾਂ ਨਾਲ ਦੀ ਵੀ ਗੱਲ ਕਰ ਲਈ, ਕੋਮੇਡੀ ਮੂਵੀਜ਼ ਦੀ ਵੀ ਗੱਲ ਕਰ ਲਈ, ਐਕਸ਼ਨ ਮੂਵੀਜ਼ ਦੀ ਵੀ ਗੱਲ ਕਰ ਲਈ, ਸਾਰੀ ਮੂਵੀਜ਼ ਦੀ ਗੱਲ ਕਰ ਲਈ। ਅਗਲੇ ਕਾਲਰ ਨੂੰ ਪੁੱਛ ਲਈਏ ਜੀ, ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਬਿਸ਼ਨਦਾਸ ਬੋਲਦਾ ਜੀ। ਓਕੇ, ਕਿੱਥੋਂ ਬੋਲ ਰਹੇ ਸਰ? ਟੋਰਾਂਟੋ ਤੋਂ। ਟੋਰਾਂਟੋ ਤੋਂ, ਤੇ ਮੂਵੀਜ਼ ਮੂਵੀਜ਼ ਪਸੰਦ ਨੇ ਤੁਹਾਨੂੰ? ਪਸੰਦ ਜੀ, ਥੋੜੀ ਬਹੁਤੀ ਪਸੰਦ ਹੈਗੀ ਆ, ਕੁਝ ਪੰਜਾਬੀ ਦੇਖਦੇ ਹਾਂਗੇ, ਕੁਝ ਹਿੰਦੀ ਦੇਖਦੇ ਹਾਂਗੇ। ਅੱਛਾ ਅੱਛਾ, ਥੋੜੀਆਂ ਬਹੁਤ ਪਸੰਦ ਦੇ, ਕੰਮ ਤੋਂ ਜਿੰਨੀ ਕੁ ਵੇਲ ਮਿਲ ਜੇ। ਬਸ ਵੇਲ ਮਿਲ ਜੇ ਉਦੋਂ ਦੇਖਦੇ ਹੈਗੇ ਜੀ। ਉਦੋਂ ਦੇਖਦੇ ਹੋ, ਤੇ ਤੁਹਾਨੂੰ ਕੀ ਲੱਗਦਾ ਜਿਹੜੀਆਂ ਮੂਵੀਜ਼ ਨੇ ਉਹ ਕਿੱਦਾਂ ਦੀਆਂ ਗਾਂ ਆਣੀਆਂ ਚਾਹੀਦੀਆਂ ਨੇ? ਆਣੀਆਂ ਤਾਂ ਚਾਹੀਦੀਆਂ ਜੇ ਕਿ ਬੱਚਿਆਂ ਨੂੰ ਕੋਈ ਸਿੱਖਿਆ ਸਿੱਖਿਆ ਮਿਲੇ ਜਿਸ ਤੋਂ। ਹਾਂਜੀ, ਪਰ ਅੱਜ ਕੱਲ੍ਹ ਤਾਂ ਇੱਦਾਂ ਬਣਾਈ ਜਾਂਦੇ ਹੈਗੇ ਬਸ ਪੈਸੇ ਕਮਾਉਣ ਲਈ। ਨਹੀਂ ਨਹੀਂ, ਇੱਦਾਂ ਦੀ ਗੱਲ ਨਹੀਂ ਹੈਗੀ। ਐਕਚੁਅਲੀ ਜਿਹੜਾ ਵੀ ਮੂਵੀ ਬਣਾਉਂਦਾ ਹੋਏ ਤਾਂ ਇਹੀ ਸੋਚ ਕੇ ਬਣਾਉਂਦਾ ਹੈ ਕਿ ਵਧੀਆ ਬਣਾਈਏ, ਬਾਕੀ ਕੀ ਹੁੰਦਾ ਜਿਹੜੀ ਆਡੀਅੰਸ ਆ ਉਹ ਡਿਸਾਈਡ ਕਰਦੀ ਹੈ। ਆਡੀਅੰਸ ਨੇ ਜਿਹੜੀ ਮੂਵੀ ਨੂੰ ਟਿਕ ਲਾਤਾ ਉਹ ਮੂਵੀ ਹਿੱਟ ਹੋ ਗਈ, ਜਿਹੜੀ ਮੂਵੀ ਨੂੰ ਕ੍ਰੋਸ ਲਾਤਾ ਉਹ ਮੂਵੀ ਫਲੋਪ ਹੋ ਗਈ। ਉਹ ਤਾਂ ਠੀਕ ਹੈਗਾ, ਪਰ ਆਡੀਅੰਸ ਨੂੰ ਕੋਈ ਚੰਗੀ ਚੀਜ਼ ਆਊਗੀ ਤਾਂ ਹੀ ਕਰੇਗੀ ਨਾ ਆਡੀਅੰਸ ਵੀ। ਤੁਹਾਡੀ ਗੱਲ ਵੀ ਬਿਲਕੁਲ ਠੀਕ ਕਰਕੇ ਦਿਖਾਤਾ ਹੈਗਾ ਤਾਂ ਫਿਰ ਕਿੱਦਾਂ ਕਰੂੰਗੀ ਆਡੀਅੰਸ? ਨਹੀਂ ਜੀ, ਆਪਾਂ ਤੁਹਾਡੀ ਸੁਜੈਸ਼ਨ ਬਿਲਕੁਲ ਕਬੂਲ ਕਰਦੇ ਹਾਂ ਜੀ। ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਆਪਾਂ ਇਹੀ ਦੁਆ ਕਰਦੇ ਹਾਂ ਵੀ ਗਾਂ ਜਿਹੜੀਆਂ ਮੂਵੀਜ਼ ਬਣੇ ਤੁਹਾਡੀਆਂ ਜਿਹੜੀਆਂ ਫੇਵਰੇਟ ਹੋ ਜਾਣ ਜੀ। ਠੀਕ ਹੈ ਜੀ। ਅੱਛਾ, ਇਹ ਕਾਲਰ ਨੇ ਦੱਸਿਆ ਵੀ ਇਹਨਾਂ ਨੂੰ ਉਹ ਮੂਵੀਜ਼ ਚਾਹੀਦੀਆਂ ਨੇ ਜਿਹਨਾਂ ਤੋਂ ਕੁਝ ਸਿੱਖਣ ਨੂੰ ਮਿਲੇ। ਬਾਕੀ ਸਹੀ ਗੱਲ ਹੈ, ਪੜ੍ਹਾਈ ਦੀਆਂ ਗੱਲਾਂ ਹੋਣਗੀਆਂ ਤਾਂ ਸਟੂਡੈਂਟਸ ਨੂੰ ਕੁਝ ਸਿੱਖਣ ਨੂੰ ਮਿਲੇਗਾ, ਫੈਮਿਲੀ ਮੂਵੀਜ਼ ਹੋਣਗੀਆਂ ਤਾਂ ਜਿਹੜੇ ਮੈਚਿਓਰ ਬੰਦੇ ਨੇ ਉਹਨਾਂ ਨੂੰ ਵਧੀਆ ਲੱਗਣਗੀਆਂ, ਸੱਭਿਆਚਾਰਕ ਮੂਵੀਜ਼ ਹੋਣਗੀਆਂ ਤਾਂ ਉਹ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਸੰਦ ਆਉਣਗੀਆਂ। ਦੁਆ ਕਰਦੇ ਹਾਂ ਵੀ ਗਾਂ ਨੂੰ ਇੱਦਾਂ ਦੀਆਂ ਮੂਵੀਜ਼ ਬਣੇ ਜਿਹੜੀਆਂ ਤੁਹਾਡੀਆਂ ਫੇਵਰੇਟ ਅਤੇ ਤੁਹਾਡੀਆਂ ਜਿਹੜੀਆਂ ਬੈਸਟ ਮੂਵੀਜ਼ ਵਿੱਚੋਂ ਇੱਕ ਮੂਵੀ ਹੋਏ। ਰਾਈਟ ਜੀ, ਹੁਣ ਵੇਲਾ ਹੋ ਗਿਆ ਜੀ ਸਾਡੇ, ਯਾਨੀ ਕਿ ਮੇਰੇ ਸਲੋਨੀ ਸਰੀਨ ਦੇ ਜਾਣ ਦਾ, ਦਿਲ ਤਾਂ ਨਹੀਂ ਕਰਦਾ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਟੌਪਿਕ ਨਵੇਂ ਡਿਸਕਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।